ਨਮਸਕਾਰ ਦੋਸਤੋ, ਤੁਸੀਂ ਦੇਖ ਰਹੇ ਹਾਂ ਫਾਸਟ ਵੇ ਸੰਦੇਸ਼। ਅੱਜ ਅਸੀਂ ਪਹੁੰਚਿਆ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕੋਟਲੀ ਸੂਰਤ ਮੱਲੀ ਦੇ ਨਜ਼ਦੀਕੀ ਪਿੰਡ ਦਰਗਾਹਬਾਦ ਦੇ ਵਿੱਚ, ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਬੀਜੇਪੀ ਮੰਡਲ ਪ੍ਰਧਾਨ ਅਤੇ ਸਮਾਜ ਸੇਵੀ ਵਿਜੇ ਸੋਨੀ ਜੀ ਨੂੰ ਚੀਫ ਗੈਸਟ ਵੱਲੋਂ ਬੁਲਾਇਆ ਗਿਆ, ਜਿੱਥੇ ਕਿ ਉਹਨਾਂ ਨੇ ਖਿਡਾਰੀਆਂ ਨੂੰ ਪਹੁੰਚ ਕੇ ਹੌਂਸਲਾ ਦਿੱਤਾ। ਅਤੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਬੀਜੇਪੀ ਮੰਡਲ ਪ੍ਰਧਾਨ ਅਤੇ ਸਮਾਜ ਸੇਵੀ ਵਿਜੇ ਕੁਮਾਰ ਸੋਨੀ ਜੀ। ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਅੱਛਾ ਸਰ, ਜਿਹੜੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਨੇ, ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਨਸ਼ਿਆਂ ਵੱਲ ਕਾਫੀ ਜਾ ਚੁੱਕੀ ਆ, ਸਰ ਕੀ ਕਹਿਣਾ ਚਾਹੋਗੇ ਇਸ ਬਾਰੇ? ਮੈਨੂੰ ਅੱਜ ਸੱਦਿਆ ਨਾਲ ਮੈਨੂੰ ਬਹੁਤ ਵਧੀਆ ਲੱਗਿਆ ਪਿੰਡ ਦਰਗਾਹ ਦੇ ਵਿੱਚ ਕਿ ਸਾਡੇ ਨੌਜਵਾਨ ਜਿਹੜੇ ਖੇਡ ਰਹੇ ਸੀ, ਬੜਾ ਉਸਾਰ, ਬੜਾ ਮਨ ਖੁਸ਼ ਹੋ ਰਿਹਾ ਸੀ। ਬਸ ਅਸੀਂ ਇਹੋ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਨੌਜਵਾਨ ਹੈ ਬਚਾਇਆ ਜਾ ਸਕੇ। ਖੇਡਾਂ ਇੱਕ ਜਿਹੜੇ ਹੈਗੇ ਸਰੀਰ ਨੂੰ ਤੰਦਰੁਸਤੀ ਰੱਖਦੀਆਂ, ਮੰਨ ਕੇ ਸਾਡੇ ਜਿਹੜਾ ਸਰੀਰ ਉਹ ਵੀ ਠੀਕ ਰਹਿੰਦਾ ਵਾ। ਮੈਂ ਇਹੋ ਚਾਹੁੰਦਾ ਕਿ ਸਾਡੇ ਜਿਹੜੇ ਨੌਜਵਾਨ ਪੀੜ੍ਹੀ, ਸਾਡੇ ਵੀਰ ਭਰਾ ਜਿਹੜੇ ਹੈਗੇ ਆ, ਸਾਰੇ ਖੇਡਾਂ ਨੂੰ ਧਿਆਨ ਦੇਣ ਜੀ। ਅੱਛਾ ਸਰ, ਕੁਝ ਦਿਨ ਪਹਿਲਾਂ ਸਾਡੇ ਇੱਥੇ ਨਜ਼ਦੀਕੀ ਪਿੰਡ ਡੇਰਾ ਪਠਾਣਾ ਦੇ ਵਿੱਚ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤ ਦੇ ਵਿੱਚ ਲਾਸ਼ ਬਰਾਮਦ ਹੋਈ ਆ, ਅਤੇ ਸਰ ਕੀ ਕਹਿਣਾ ਚਾਹੋਗੇ ਇਸ ਬਾਰੇ ਕਿ ਜਿਹੜਾ ਨਸ਼ਾ ਅਜੇ ਤੱਕ ਖਤਮ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ, ਨੌਜਵਾਨ ਉਸੇ ਤਰ੍ਹਾਂ ਹੀ ਡਰੱਗਸ ਦੀ ਓਵਰਡੋਜ਼ ਦੇ ਨਾਲ ਮਰ ਰਹੇ ਆ, ਅਤੇ ਸਰ ਅਜੇ ਤੱਕ ਕੋਈ ਸਰਕਾਰਾਂ ਦੇ ਕੰਨਾਂ 'ਤੇ ਜੂੰ ਨਹੀਂ ਸੜਕ ਰਹੀ, ਸਰ ਕੀ ਕਹਿਣਾ ਚਾਹੋਗੇ? ਸਰਕਾਰਾਂ ਨੂੰ ਸਾਰਾ ਪਤਾ ਕਿੱਥੇ ਨਹਾ ਵਿਕਣ ਡਿਆ ਵਾ, ਕੌਣ ਵੇਚਣ ਡਿਆ, ਪਰ ਸਰਕਾਰਾਂ ਸਾਡੇ ਧਿਆਨ ਦੇ ਰਹੀਆਂ, ਸਰ ਦਿਨੋਂ ਦਿਨ ਨਸ਼ੇ ਜਾਲ 'ਚ ਫਸਿਆ ਜਾ ਰਿਹਾ ਵਾ ਜੀ। ਅਤੇ ਸਰ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ, ਜਨਰੇਸ਼ਨ ਆ ਜਿਹੜੀਆਂ, ਵੀ ਚਲੋ ਅੱਜ ਕੱਲ੍ਹ ਦੇ ਬੱਚੇ ਜਿਹੜੇ ਜਵਾਨ ਹੋਣ ਡਿਆ, ਵੇਖੋ ਵੇਖੀ ਬੱਚਿਆਂ ਦਾ ਵੀ ਫਰਕ ਪੈਂਦਾ ਵਾ ਜਦੋਂ ਕੋਈ ਵੇਖਦੇ ਆ ਕਿਸੇ ਨਸ਼ੇ ਦਾ ਕੰਮ ਕਰਦਿਆਂ ਕਿਸੇ ਨੂੰ ਵੇਖਿਆ ਕਿਸੇ ਨਾਲ ਮਨ ਭਟਕਦਾ, ਸਰ ਉਹ ਨੌਜਵਾਨੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਸਭ ਤੋਂ ਪਹਿਲਾਂ ਨੌਜਵਾਨ ਇਹੋ ਅਪੀਲ ਕਰਦਾ ਵਾਂ ਕਿ ਮੇਰੇ ਭੈਣ ਲਾ ਲਓ, ਭਰਾ ਲਾ ਲਓ, ਕਿ ਆਪਾਂ ਨਸ਼ੇ ਤੋਂ ਦਲਦਲ 'ਚੋਂ ਬਚ ਜਾਈਏ, ਕਿਉਂਕਿ ਨਸ਼ੇ ਦਲਦਲ 'ਚੋਂ ਬਚ ਜਾਏਗਾ ਨਾ ਸਾਡਾ ਪੰਜਾਬ ਬਚ ਜੂਗਾ। ਆਪਾਂ ਇਹੋ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਖੇਡਾਂ 'ਤੇ ਧਿਆਨ ਦੇਈਏ, ਆਪਾਂ ਖੇਡਾਂ ਰੁਚੀ ਰਹੂਗਾ, ਸਾਡੇ ਨਸ਼ੇ ਦਾ ਧਿਆਨ ਹੀ ਰਹੂਗਾ। ਆਪਾਂ ਸਰਕਾਰਾਂ ਅੱਗੇ ਵੀ ਅਪੀਲ ਕਰਦੇ ਹਾਂ ਕਿ ਸਾਡੇ ਬੱਚੇ ਜਿਹੜੇ ਖੇਡਾਂ ਖੇਡ ਰਹੇ ਆ ਉਹਨਾਂ ਨੂੰ ਵੱਧ ਤੋਂ ਉਤਸ਼ਾਹ ਕੀਤਾ ਜਾਵੇ। ਆਪਾਂ ਇਹੋ ਉਪਰਾਲਾ ਕਰਦੇ ਹਾਂ ਸਾਡਾ ਨੌਜਵਾਨ ਵੱਧ ਤੋਂ ਵੱਧ ਨਸ਼ਿਆਂ ਤੋਂ ਬੁਰਾਈਆਂ ਤੋਂ ਬਚ ਸਕੇ। ਚੋਰੀਆਂ ਘਟਨਾਵਾਂ ਤਾਂ ਵੀ ਹੋ ਰਹੀਆਂ ਵਾ ਕਿ ਨਸ਼ੇ ਦੇ ਭੇਟ ਚੜ੍ਹ ਕੇ ਨੌਜਵਾਨ ਉਹਨਾਂ ਨੂੰ ਪੈਸੇ ਦੀ ਨਹੀਂ ਹਾਰਿਆ, ਇਸੇ ਕਰਕੇ ਆਪਾਂ ਇਹ ਨੌਜਵਾਨ ਅੱਗੇ ਅਪੀਲ ਕਰਦੇ ਹਾਂ ਕਿ ਸਾਡੇ ਭਰਾਓ ਆਪਾਂ ਨਸ਼ੇ ਤੋਂ ਬਚ ਕੇ ਖੇਡਾਂ 'ਤੇ ਧਿਆਨ ਦੇਈਏ ਆਪਾਂ। ਠੀਕ ਹੈ ਜੀ। ਅਤੇ ਸਰ ਹੁਣ ਆਪਾਂ ਗੱਲ ਕਰਨੀ ਚਾਹਾਂਗੇ ਕਿ ਜਿਵੇਂ ਤੁਸੀਂ ਬੀਜੇਪੀ ਮੰਡਲ ਦੇ ਪ੍ਰਧਾਨ ਹੋ ਔਰ ਤੁਸੀਂ ਸਮਾਜ ਸੇਵੀ ਵੀ ਹੋ, ਅਤੇ ਸਰ ਜੇ ਤੁਹਾਨੂੰ ਟਿਕਟ ਮਿਲਦੀ ਹੈ ਹਲਕਾ ਡੇਰਾ ਬਾਬਾ ਨਾਨਕ ਦੀਆਂ ਜਿਮਨੀ ਚੋਣਾਂ ਆ ਰਹੀਆਂ ਨੇ, ਕਾਫੀ ਸਮੇਂ ਤੋਂ ਲੋਕ ਡੇ ਨੇ ਕਰਨ ਕਿ ਐਰਕੀ ਕੀ ਬਣੂਗਾ ਇਸ ਜਿਮਨੀ ਚੋਣਾਂ ਦੇ ਵਿੱਚ, ਜੇ ਸਰ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਕੀ ਕੀਤਾ ਜਾਏਗਾ? ਮੈਂ ਸਭ ਤੋਂ ਪਹਿਲਾਂ ਆਪਣੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਜੇ ਸਾਨੂੰ ਇਹ ਸੇਵਾ ਦਾ ਮੌਕਾ ਦਊਗੀ। ਜੇ ਸਾਨੂੰ ਸੇਵਾ ਦਾ ਮੌਕਾ ਦਿੰਦੇ, ਸਭ ਤੋਂ ਪਹਿਲਾਂ ਆਪਾਂ ਨਸ਼ੇ ਜਿਹੜੇ ਹੈਗੇ ਨਾ ਉਹ ਬੰਦ ਕਰਾਂਗੇ, ਕਿਉਂਕਿ ਸਾਡਾ ਨਸ਼ੇ ਹੀ ਬੰਦ ਹੋ ਗਿਆ ਨਾ ਸਾਡਾ ਪੰਜਾਬ, ਸਾਡਾ ਡੇਰਾ ਬਾਬਾ ਨਾਨਕ ਹਲਕਾ ਬਾਜੂਗਾ, ਕਿਉਂਕਿ ਸਾਡਾ ਡੇਰਾ ਬਾਬਾ ਨਾਨਕ ਸਰਹੱਦ ਦੇ ਕੋਲ ਆ, ਇੱਥੇ ਨਸ਼ਾ ਬਹੁਤ ਚੱਲ ਰਿਹਾ ਵਾ। ਤਾਂ ਆਪਾਂ ਇਹੋ ਆਪਣੀਆਂ ਸਰਕਾਰਾਂ ਅੱਗੇ ਇਹ ਅਪੀਲ ਕਰਾਂਗੇ ਜੇ ਸਾਨੂੰ ਸਭ ਤੋਂ ਪਹਿਲਾਂ ਮੌਕਾ ਦਊਗੀ ਤਾਂ ਆਪਾਂ ਉਹਦਾ ਸੂਰ ਗੁਜ਼ਾਰ ਹੋਵਾਂਗੇ, ਸਭ ਤੋਂ ਪਹਿਲਾਂ ਨਸ਼ਾ ਹੀ ਬੰਦ ਕਰਾਂਗੇ, ਜਿੱਥੋਂ ਵੱਧ ਤੋਂ ਵੱਧ ਰੋਜ਼ਗਾਰ ਲੈ ਕੇ ਆਵਾਂ, ਕਿਉਂਕਿ ਸਾਡੇ ਖੇਤੀਬਾੜੀ ਸਰਕਾਰੀ ਬਹੁਤ ਆ, ਜੇ ਰੋਜ਼ਗਾਰ ਮਿਲ ਗਿਆ ਤਾਂ ਸਾਡੇ ਨੌਜਵਾਨ ਆਪੇ ਆੜੇ ਲੱਗ ਜਾਣਗੇ। ਸਰ ਸਾਡਾ ਇੱਕ ਡੇਰਾ ਬਾਬਾ ਨਾਨਕ ਪਛੜਿਆ ਹੋਇਆ ਏਰੀਆ ਪੈ ਜਾਂਦਾ ਵਾ, ਜਿਵੇਂ ਬੋਰਡਰ ਏਰੀਆ ਪੈ ਜਾਂਦਾ, ਸਰ ਸਾਡੇ ਇੱਥੇ ਇੰਡਸਟਰੀ ਨਹੀਂ ਕੋਈ ਹੈਗੀ, ਪੰਚਾਇਤੀ ਜ਼ਮੀਨਾਂ ਵੀ ਕਾਫੀ ਨੇ, ਹਾਲੇ ਤੱਕ ਕੋਈ ਇੰਡਸਟਰੀ ਨਹੀਂ ਲੱਗੀ, ਸਾਡੇ ਬੇਰੁਜ਼ਗਾਰ ਪੜ੍ਹੇ ਲਿਖੇ ਮੁੰਡੇ MMA BEd ਕੀਤੀ, ਕੁਝ ਨਸ਼ਿਆਂ ਵੱਲ ਪੈ ਗਏ ਨੇ ਅਤੇ ਕੁਝ ਬਾਹਰ ਚਲ ਗਏ ਨੇ, ਅਤੇ ਸਰ ਉਹਨਾਂ ਵਾਸਤੇ ਜੇ ਕੋਈ ਇੰਡਸਟਰੀ ਲੱਗ ਜੇ ਤਾਂ ਨਸ਼ਿਆਂ ਵੱਲੋਂ ਧਿਆਨ ਸੁੱਟ ਕੇ, ਅਤੇ ਜਦੋਂ ਆਪੇ ਬੇਰੁਜ਼ਗਾਰ ਜਿਹੜੇ ਲੋਕ ਨੇ ਉਹਨਾਂ ਦਾ ਕਾਰੋਬਾਰ ਵੱਲ ਧਿਆਨ ਗਿਆ ਤਾਂ ਆਪੇ ਨਸ਼ਿਆਂ ਤੋਂ ਖਲਾਸੀ ਵੀ ਹੋ ਸਕਦੀ ਹੈ। ਜੇ ਸਭ ਤੋਂ ਪਹਿਲਾਂ ਸਾਨੂੰ ਜੇ ਸਰਕਾਰ ਮੈਨੂੰ ਇਹ ਮੌਕਾ ਦਿੰਦੀ ਹੈ ਤਾਂ ਸਭ ਤੋਂ ਪਹਿਲਾਂ ਨਸ਼ਿਆਂ ਤੋਂ ਖਤਮ ਕਰਾਂਗੇ, ਤਾਂ ਬਾਅਦ 'ਚ ਕੋਈ ਨਾ ਕੋਈ ਆਪਾਂ ਇੰਡਸਟਰੀ ਇੱਥੇ ਲੈ ਕੇ ਆਵਾਂਗੇ, ਕੋਈ ਮਿੱਲ ਲੱਗ ਜੇ, ਕੋਈ ਫੈਕਟਰੀ ਲੱਗ ਜੇ, ਕੋਈ ਗੰਨਾ ਮਿੱਲ ਲੱਗ ਜੇ, ਕੋਈ ਸਰਕਾਰੀ ਸਰ ਹਸਪਤਾਲ ਵੀ ਹੈ ਨਹੀਂ ਸਾਡੇ ਇੱਥੇ, ਕੋਈ ਸੱਜ ਦਾ ਕੋਈ ਇਲਾਜ ਦਾ ਕੋਈ ਕਾਸ਼ ਤਾਂ ਹੈ ਹੀ ਨਹੀਂ ਹੈ, ਕਿਉਂਕਿ ਸਾਨੂੰ ਕੋਈ ਫਸਟ ਏਡ ਲੈਣੀ ਵੀ ਮਿਲਦੀ ਨਹੀਂ ਸਾਨੂੰ ਇੱਥੇ, ਅਤੇ ਆਪਾਂ ਚਾਹੁੰਦੇ ਹਾਂ ਕੋਈ ਖਾਰੀ ਕੁੜੀਆਂ ਦਾ ਕਾਲਜ ਵੀ ਇੱਥੇ ਹੈ ਨਹੀਂ ਹੈ, ਕੋਈ ਯੂਨੀਵਰਸਿਟੀ ਹੈ ਨਹੀਂ ਹੈ, ਆਪਾਂ ਇਹੋ ਅਪੀਲ ਕਰਾਂਗੇ ਆਪਣੀ ਸਰਕਾਰਾਂ ਕਿ ਵੱਧ ਤੋਂ ਵੱਧ ਕੋਈ ਸਾਡਾ ਸਰਹੱਦੀ ਏਰੀਆ ਵਾ, ਕੋਈ ਨਾ ਕੋਈ ਸਾਨੂੰ ਇੱਥੇ ਦਿੱਤਾ ਜਾਵੇ, ਕੋਈ ਸਾਡਾ ਡਿਵੈਲਪਮੈਂਟ ਹੋ ਸਕੇ, ਸਾਡਾ ਨੌਜਵਾਨ ਜਿਹੜਾ ਬਚਾਇਆ ਜਾ ਸਕੇ, ਜਿਹੜਾ ਬਾਹਰ ਜਾ ਰਿਹਾ ਵਾ ਉਹ ਇੱਥੇ ਆਪਣਾ ਕੰਮ ਕਰ ਸਕੇ ਜੀ। ਠੀਕ ਹੈ।
ਧੰਨਵਾਦ। ਵਾਹਿਗੁਰੂ।